ਬ੍ਰਹਮ ਕਵਚ ਦੇਖੋ ਨਾਮ ਤੋਂ ਕਲੀਅਰ ਹੋ ਜਾਂਦਾ ਹੈ, ਬ੍ਰਹਮ ਅਕਾਲ ਕਵਚ ਉਹਦਾ ਕਵਚ। ਸੰਸਾਰ ਦੇ ਉੱਤੇ ਕਈ ਤਰ੍ਹਾਂ ਦੇ ਕਵਚ ਅਕਾਲ ਪੁਰਖ ਨੇ ਦਿੱਤੇ ਨੇ, ਬਹੁਤ ਤਰ੍ਹਾਂ ਦੇ ਕਵਚ ਆਏ ਨੇ, ਅਲੱਗ ਅਲੱਗ ਸ਼ਕਤੀਆਂ ਤੋਂ ਅਲੱਗ ਅਲੱਗ ਤਰ੍ਹਾਂ ਦੇ ਕਵਚ ਹੁੰਦੇ ਨੇ। ਇਹ ਹੁਣ ਸੂਖਮ ਚੀਜ਼ਾਂ ਨੇ ਤੇ ਇਹਨੂੰ ਜ਼ਿਆਦਾ ਨਹੀਂ ਉੱਧਰਲੇ ਪਾਸੇ ਜਾਣਾ, ਆਪਾਂ ਬ੍ਰਹਮ ਕਵਚ ਦੀ ਹੀ ਤੁਹਾਡੇ ਨਾਲ ਵਿਚਾਰ ਕਰਾਂਗੇ। ਕਵਚਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਤਾਕਤ ਹੁੰਦੀ, ਠੀਕ ਹੈ ਨਾ, ਤੇ ਕਈ ਤੰਤਰ ਸਾਧਨਾ ਕਰਕੇ ਕਵਚ ਹਾਸਲ ਕਰਦੇ, ਉਹ ਕੱਚੇ ਕਵਚ ਹੁੰਦੇ, ਕੱਚੇ ਕਿਉਂ, ਕਿਉਂਕਿ ਕਾਲੀ ਸ਼ਕਤੀ ਦਾ ਕਵਚ ਹੁੰਦਾ ਕੰਮ ਥੋੜ੍ਹਾ ਕੁ ਟਾਈਮ ਕਰਦਾ, ਜਿੰਨਾ ਕੱਚਾ ਤਾਂ ਕਿਹਾ ਜਾਂਦਾ ਜਿੰਨਾ ਕੁ ਟਾਈਮ ਉਹ ਜਿਹੜੀ ਨੈਗੇਟਿਵ ਸ਼ਕਤੀ ਹੈਗੀ ਹੈ ਉਹਨੂੰ ਕੋਈ ਦੇਈ ਚਲੋ ਤੁਹਾਡੀ ਪ੍ਰੋਟੈਕਸ਼ਨ ਕਰਦੇ, ਦੂਆ ਤੋਂ ਭੱਜ ਜਾਂਦੀ, ਕਿਉਂਕਿ ਮਲੀਨ ਸ਼ਕਤੀ ਹੈ, ਉਹਨੇ ਕੀ ਰੱਖਿਆ ਕਰਨੀ, ਉਹਨੇ ਆਪਦਾ ਟਾਈਮ ਟਪਾਉਣਾ, ਉਦੋਂ ਬਾਅਦ ਉਹਨੇ ਚਲੋ ਚਲੇ ਜਾਣਾ, ਠੀਕ ਹੈ ਜੀ। ਇਹ ਹੁੰਦੀ ਜਿਹੜੀ ਨੋਰਮਲ, ਚਲੋ ਹੋਰ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ। ਹੁਣ ਕਈ ਲੋਕ ਚਲੇ ਜਾਂਦੇ ਸਿਆਣਿਆਂ ਕੋਲੇ, ਸਿਆਣਿਆਂ ਕੋਲ ਚਲੇ ਜਾਂਦੇ ਨਾ, ਸਿਆਣੇ ਬਿਲਕੁਲ ਹੀ ਨਾਸ਼ ਹੀ ਕਰ ਦਿੰਦੇ ਬੰਦੇ, ਜਿਹੜਾ ਬੰਦਾ ਸਿਆਣਿਆਂ ਕੋਲ ਚਲਿਆ ਗਿਆ ਨਾ, ਰੱਬ ਉਹਨੂੰ ਕਹਿੰਦਾ ਤੇਰੇ ਲਈ ਦਰਵਾਜ਼ੇ ਬੰਦ ਨੇ, ਜਦ ਤੱਕ ਮਾਫ਼ੀ ਮੰਗ ਕੇ ਦੁਬਾਰਾ ਇਹ ਪ੍ਰਣ ਨਹੀਂ ਕਰ ਲੈਂਦਾ ਵੀ ਮੈਂ ਮੁੜ ਕੇ ਨਹੀਂ ਜਾਂਦਾ, ਮਹਾਰਾਜ ਜੀ ਮਹਾਰਾਜ ਦਰਵਾਜ਼ਾ ਹੀ ਨਹੀਂ ਖੋਲ੍ਹਦੇ, ਮਹਾਰਾਜ ਕਹਿੰਦੇ ਤੂੰ ਪੁੱਠੇ ਕੰਮ ਕੀਤੇ ਆ, ਤੇ ਮਾਨੁਕ ਕੀਚੇ ਇੱਕ ਬ੍ਰਿਤੀ ਸਭ ਜਾਣ ਦੇ ਉਹਨੂੰ ਕੋਈ ਕਿਹਾ ਭਗਵਾਨ ਤੂੰ ਉਹ ਗੱਲ ਭੁੱਲ ਗਿਆ ਭਾਈ, ਇਸ ਕਰਕੇ ਤੂੰ ਹੁਣ ਜਾ। ਉਹ ਸਿਆਣੇ ਕੋਲ ਚਲੇ ਜਾਂਦੇ ਤੇ ਉਹ ਕਹਿੰਦੇ ਸਾਨੂੰ ਆਏ ਹੁੰਦਾ, ਉਹ ਤਵੀਤ ਬੰਨ ਦਿੰਦੇ ਗਲ ਚ ਪਾ ਦਿੰਦੇ, ਇੱਥੇ ਬੰਨ ਦਿੰਦੇ, ਹਨਾ ਕਰ ਦਿੰਦੇ, ਉਹ ਟੈਂਪਰੇਰੀ ਹੁੰਦਾ ਕੰਮ, ਉਹ ਕਿਸੇ ਪ੍ਰੇਤ ਨੂੰ ਮੰਤਰ ਲਿਖ ਕੇ ਉਹ ਬੰਨ ਕੇ ਪਾ ਦਿੰਦੇ ਨੇ, ਉਹਨਾਂ ਟਾਈਮ ਉਹ ਜਿਹੜਾ ਪ੍ਰੇਤ ਹੁੰਦਾ ਤੁਹਾਡੇ ਨਾਲ ਫਿਰਦਾ ਰਹਿੰਦਾ, ਦੂਜੇ ਪ੍ਰੇਤ ਨੂੰ ਹਟਾ ਦਿੰਦਾ ਵੀ ਤੂੰ ਇੱਥੇ ਨਹੀਂ ਆਉਣਾ, ਇੱਥੇ ਮੈਂ ਰਹਿਣਾ, ਤੇ ਉਹ ਦੂਜਾ ਹਟ ਜਾਂਦਾ ਕੁਛ ਟਾਈਮ ਲਈ, ਫਿਰ ਉਹ ਜਿਹੜਾ ਤੁਹਾਡੇ ਨਾਲ ਰਹਿੰਦਾ ਹੁੰਦਾ ਕੁਛ ਟਾਈਮ ਬਾਅਦ ਉਹ ਵੀ ਚਲਾ ਜਾਂਦਾ, ਕਿਉਂ, ਇਹਨਾਂ ਦੀ ਮਾੜੀ ਖੁਰਾਕ ਹੁੰਦੀ ਹੈ ਤੇ ਉਹ ਤਾਂਤਰਿਕ ਜਿਹੜਾ ਜਾਂ ਟੋਣੇ ਟਾਣੇ ਵਾਲੇ ਬੰਦੇ ਹੁੰਦੇ ਦੇਣੋਂ ਹਟ ਜਾਂਦੇ, ਭੱਜ ਜਾਂਦੇ। ਫਿਰ ਇਹ ਕੱਚੀਆਂ ਗੱਲਾਂ, ਇਹ ਕੱਚਾ ਕੰਮ ਹੈ ਸਾਰਾ ਜਿਹੜੇ ਲੋਕ ਇਹ ਕਰਦੇ। ਆਪਾਂ ਲੈਣੀ ਅਕਾਲ ਪੁਰਖ ਤੋਂ ਤਾਕਤ, ਅਕਾਲ ਦੀ ਸ਼ਕਤੀ, ਜਿਹੜੀ ਪਵਿੱਤਰ ਤਾਕਤ ਹੁੰਦੀ ਹੈ ਉਹਨੇ ਪਵਿੱਤਰਤਾ ਤੁਹਾਨੂੰ ਵੀ ਦੇਣੀ ਹੈ, ਆਪ ਵੀ ਉਹਨੇ ਪਵਿੱਤਰਤਾ 'ਚ ਹੀ ਰਹਿਣਾ ਹੈ, ਠੀਕ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਬ ਨੇ, ਗੁਰ ਪਰਮੇਸ਼ਰ ਇੱਕੋ ਜਾਣ, ਪਾਰ ਬ੍ਰਹਮ ਗੁਰ ਨਾਹੀ ਭੇਦ, ਮੈਂ ਤੁਹਾਨੂੰ ਮੋਟੀ ਮੋਟੀ, ਮੈਂ ਤੁਹਾਨੂੰ ਜ਼ਿਆਦਾ ਥੋੜ੍ਹਾ ਜਿਹਾ ਤਾਂ ਦੱਸ ਦਿੰਦਾ ਹੁਣ ਤੁਹਾਨੂੰ ਸਮਝ ਆ ਜਾਵੇ, ਠੀਕ ਹੈ। ਨਹੀਂ ਆਮ ਬੰਦੇ ਨੂੰ ਛੇਤੀ ਸਮਝ ਨਹੀਂ ਆਉਂਦੀ, ਉਹ ਕਹਿੰਦਾ ਐਵੇਂ ਮਰੀ ਜਾਂਦੇ ਪਤਾ ਨਹੀਂ ਕੀ ਆ, ਹੈ ਨਾ, ਅਤੇ ਜਿੰਨਾ ਚਿਰ ਸਾਨੂੰ ਸਮਝ ਨਹੀਂ ਆਉਂਦੀ ਆਪਾਂ ਪੱਕੇ ਨਹੀਂ ਹੁੰਦੇ, ਹੈ ਨਾ, ਜਿੰਨਾ ਚਿਰ ਸਾਨੂੰ ਕਿਸੇ ਚੀਜ਼ ਦਾ ਮਹੱਤਵ ਨਹੀਂ ਪਤਾ ਲੱਗਦਾ। ਹੁਣ ਜਿਹੜੀਆਂ ਆਮ ਜਿਹੜੇ ਆ ਦੱਸਿਆ ਮੈਂ ਉਹਨਾਂ ਦਾ ਨੁਕਸਾਨ ਨਹੀਂ ਪਤਾ ਲੱਗਦਾ, ਫਿਰ ਤੁਸੀਂ ਹਟੋਗੇ ਕਿਵੇਂ, ਹਟਣਾ ਨਹੀਂ, ਬੰਦਾ ਹਟਦਾ ਨਹੀਂ ਹੈਗਾ। ਜਿੰਨਾ ਚਿਰ ਤੁਹਾਨੂੰ ਗੁਰਬਾਣੀ ਦੀ ਮਹਾਨਤਾ ਨਹੀਂ ਪਤਾ ਚੱਲੂਗੀ ਫਿਰ ਆਪਾਂ ਕਿਵੇਂ ਜੁੜਾਂਗੇ, ਹੈ ਨਾ। ਪਰਮਾਤਮਾ ਦੀ ਸਭ ਤੋਂ ਉੱਪਰਲੀਆਂ ਜਿਹੜੀਆਂ ਪਵਿੱਤਰ ਸ਼ਕਤੀਆਂ ਨੇ ਇਹਨਾਂ ਦੀ ਆਰਾਧਨਾ ਹੈ, ਇਹਨਾਂ ਦੀ ਆਰਾਧਨਾ ਹੈ। ਹੁਣ ਸ਼ਕਤੀਆਂ ਦੇ ਕੋਲੇ ਅਲੱਗ ਅਲੱਗ ਤਰ੍ਹਾਂ ਦੀ ਤਾਕਤ ਹੁੰਦੀ ਹੈ, ਆਉਂਦੀ ਕਿੱਥੀਆਂ ਕਿੱਥੋਂ, ਮੈਂ ਪਹਿਲਾਂ ਵੀ ਦੱਸਿਆ ਸੀ ਚੰਡੀ ਦੀ ਵਾਰ ਦੇ ਪਾਠ ਦੇ ਵਿੱਚ, ਅਕਾਲ ਪੁਰਖ ਤੋਂ ਆਉਂਦੀ ਹੈ, ਸਤਿਗੁਰੂ ਤੋਂ ਆਉਂਦੀ ਹੈ, ਠੀਕ ਹੈ ਜੀ। ਹੁਣ ਫਰਜ਼ ਕਰੋ ਕੋਈ ਕਾਗਜ਼ ਹੈ, ਕੋਈ ਆਰਡਰ ਹੈ, ਜਿੰਨਾ ਚਿਰ ਉਹਦੇ 'ਤੇ ਲਿਖਿਆ ਹੋਇਆ ਗੌਰਮੈਂਟ ਆਫ ਪੰਜਾਬ, ਉਨਾ ਚਿਰ ਉਹ ਪੰਜਾਬ 'ਚ ਹੀ ਚੱਲੂਗਾ, ਠੀਕ ਹੈ। ਜਦੋਂ ਉਹ 'ਤੇ ਲਿਖਿਆ ਗਿਆ ਗੌਰਮੈਂਟ ਆਫ ਇੰਡੀਆ, ਉਹ ਪੂਰੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਲਾਗੂ ਹੋ ਜਾਊਗਾ ਸਾਰਿਆਂ ਦੇ ਲਈ। ਹੁਣ ਇਹ ਜਿਹੜਾ ਬ੍ਰਹਮ ਕਵਚ ਹੈ ਇਹਦੇ ਵਿੱਚ ਜਿਹੜੀਆਂ ਸ਼ਕਤੀਆਂ ਨੇ ਇਹਦੇ ਉੱਤੇ ਆ ਗਏ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਠੀਕ ਹੈ ਜੀ, ਅਕਾਲ ਪੁਰਖ ਦਾ ਨਾਮ ਆ ਗਿਆ ਨਾ। ਹੁਣ ਇਹ
ਸਰਬੱਤਰ ਦੇ ਲਈ ਹੋ ਗਿਆ। ਇਹ ਅਕਾਲ ਪੁਰਖ ਦੇ ਅਕਾਲ ਪੁਰਖ ਨੇ ਸਾਨੂੰ ਦੇਤਾ, ਇਹ ਸਾਡੇ ਅਧੀਨ ਕਰਤਾ, ਸਾਨੂੰ ਦੇਤਾ ਵੀ ਤੁਸੀਂ ਜਪ ਲਓ, ਇਹ ਤੁਹਾਨੂੰ ਫਾਇਦਾ ਕਰੇਗਾ। ਹੁਣ ਇਹਦੀ ਜਦੋਂ ਤੁਸੀਂ ਆਰਾਧਨਾ ਕਰੋਗੇ ਨਾ, ਤਾਂ ਅਕਾਲ ਦੀ ਸ਼ਕਤੀ ਦੀ ਆਰਾਧਨਾ ਕਰੋਗੇ, ਪਰ ਤੁਹਾਡੀ ਰੱਖਿਆ ਕਰਨ ਦੇ ਲਈ ਇਹ ਸ਼ਕਤੀਆਂ ਆਉਣਗੀਆਂ ਅਕਾਲ ਪੁਰਖ ਦੇ ਹੁਕਮ 'ਚ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਆਉਣਗੀਆਂ ਇਹ ਸ਼ਕਤੀਆਂ, ਪਰ ਫਲ ਤੁਹਾਨੂੰ ਅਕਾਲ ਪੁਰਖ ਦੀ ਭਗਤੀ ਦਾ ਮਿਲੂਗਾ, ਹੈ ਨਾ। ਜਿਵੇਂ ਕੀ ਹੁੰਦਾ, ਕਈ ਵਾਰੀ ਸਟੇਟ ਦੇ ਬੰਦੇ ਹੁੰਦੇ ਪਰ ਉਹ ਕੰਮ ਕਰਦੇ ਹੁੰਦੇ ਜਾ ਕੇ ਸੈਂਟਰ ਗੌਰਮੈਂਟ ਦੇ ਵਿੱਚ, ਇਸ ਤਰ੍ਹਾਂ ਹੀ ਹੁੰਦਾ ਨਾ। ਇੱਧਰ ਬਾਹਰਲੇ ਦੇਸ਼ਾਂ 'ਚ ਫੈਡਰਲ ਕਹਿ ਦਿੰਦੇ ਆ, ਇੰਡੀਆ ਦੇ ਵਿੱਚ ਉੱਥੇ ਕਹਿੰਦੇ ਆ ਸੈਂਟਰ ਗੌਰਮੈਂਟ, ਇੱਧਰ ਬਾਹਰ ਕਹਿ ਦਿੰਦੇ ਫੈਡਰਲ, ਸੈਂਟਰ ਗੌਰਮੈਂਟ ਉੱਧਰ ਫੈਡਰਲ ਕਹਿੰਦੇ ਆ। ਇਸੇ ਤਰ੍ਹਾਂ ਜਿਹੜੀਆਂ ਇਹ ਸ਼ਕਤੀਆਂ ਨੇ, ਜਦੋਂ ਇਹ ਅਕਾਲ ਪੁਰਖ ਦੇ ਅਧੀਨ ਹੋ ਕੇ ਕੰਮ ਕਰਦੀਆਂ ਨੇ ਅਤੇ ਆਪਾਂ ਜਾਪ ਕਰਦੇ ਹਾਂ ਬ੍ਰਹਮ ਕਵਚ ਦਾ, ਸਾਨੂੰ ਅਕਾਲ ਪੁਰਖ ਦੀ ਭਗਤੀ ਦਾ ਫਲ ਮਿਲਦਾ ਹੈ, ਬਹੁਤ ਭਾਰੀ ਫਲ ਮਿਲਦਾ ਹੈ। ਇਹ ਕਿਉਂ ਜ਼ਰੂਰੀ ਹੈ? ਇਹ ਜ਼ਰੂਰੀ ਤਾਂ ਹੈ ਗੁਰੂ ਪਿਆਰਿਓ, ਚਲੋ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ। ਹੁਣ ਆਪਾਂ ਮੰਨ ਲਓ ਹਨੇਰੇ ਇੱਕ ਵੇਲੇ ਬਾਹਰ ਜਾਂਦੇ ਹਾਂ, ਘਰੋਂ ਬਾਹਰ ਜਾਂਦੇ ਹਾਂ, ਆਪਾਂ ਕਹਿੰਦੇ ਵੀ ਚਲੋ ਕੋਈ ਡੰਡਾ ਡੁੰਡਾ ਹੀ ਨਾਲ ਲੈ ਜਾਈਏ, ਜਾਂ ਆਪਾਂ ਥੋੜ੍ਹਾ ਜਿਹਾ ਡੰਡਾ ਨਹੀਂ ਨਾਲ ਲੈ ਕੇ ਆਪਾਂ ਸਤਰਕ ਹੋ ਕੇ ਜਾਂਦੇ ਹਾਂ, ਹੈ ਨਾ, ਵੀ ਹਨੇਰੇ ਦਾ ਟਾਈਮ ਹੈ, ਥੋੜ੍ਹਾ ਧਿਆਨ ਨਾਲ ਜਾਈਏ। ਜੇ ਆਪਾਂ ਗੱਡੀ 'ਤੇ ਜਾ ਰਹੇ, ਤੁਰ ਕੇ ਜਾ ਰਹੇ, ਮੋਟਰਸਾਈਕਲ, ਸਕੂਟਰ, ਜਿਸ 'ਤੇ ਵੀ ਜਾ ਰਹੇ, ਆਪਾਂ ਸਤਰਕ ਹੋ ਜਾਂਦੇ ਹਾਂ ਨਾ। ਆਪਾਂ ਕੋਈ ਬੰਦਾ ਇਸ ਤਰ੍ਹਾਂ ਦਾ ਕੋਲ ਦੀ ਲੰਘਦਾ, ਆਪਾਂ ਸਤਰਕ ਹੋ ਜਾਂਦੇ ਵੀ ਕੌਣ ਹੈ ਬਈ ਇਹ, ਹੈ ਨਾ। ਇਸੇ ਤਰ੍ਹਾਂ ਹੁਣ ਦੇਖੋ, ਇਹ ਜਦੋਂ ਆਪਾਂ ਸੰਸਾਰ 'ਚ ਵਿਚਰਦੇ ਹਾਂ ਤਾਂ ਆਪਾਂ ਨੂੰ ਦਿਖਦਾ ਹੈ ਸਾਰਾ ਕੁਛ, ਉਹ ਬੰਦਾ ਸਹੀ ਹੈ, ਉਹ ਗਲਤ ਹੈ, ਉੱਥੇ ਐਂ ਹੋ ਰਿਹਾ ਹੈ, ਆਪਾਂ ਫਿਰ ਉਸ ਹਿਸਾਬ ਨਾਲ ਕਰਦੇ ਹਾਂ। ਪਰ ਜਿਹੜਾ ਸੂਖਮ ਹੈ ਉਹ ਤਾਂ ਨਹੀਂ ਦਿਖਦਾ, ਜਿਹੜਾ ਸੂਖਮ ਹੈ ਉਹ ਤਾਂ ਨਹੀਂ ਸਾਨੂੰ ਦਿਖਦਾ ਗੁਰੂ ਪਿਆਰਿਓ। ਉਹਦੇ ਤੋਂ ਰੱਖਿਆ ਕੌਣ ਕਰੂਗਾ? ਸ਼ਬਦ ਰੱਖਿਆ ਕਰਦਾ ਹੈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਹਾ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਣ ਭਾਈ। ਇਹ ਵੀ ਬ੍ਰਹਮ ਕਵਚ ਹੈ, ਚੌਪਈ ਸਾਹਿਬ ਵੀ ਬ੍ਰਹਮ ਕਵਚ ਹੈ, ਹੋਰ ਵੀ ਬਹੁਤ ਸ਼ਬਦ ਨੇ, ਉਹ ਸਾਰੇ ਕਵਚ ਨੇ ਬ੍ਰਹਮ ਦਾ। ਪਰ ਉਹ ਹੁਣ ਖੋਲ੍ਹ ਕੇ ਵਿਖਿਆਨ ਥੋੜ੍ਹਾ ਜਿਹਾ ਘੱਟ ਹੋਇਆ, ਇਸ ਕਰਕੇ ਆਪਾਂ ਨੂੰ ਨਹੀਂ ਪਤਾ। ਸੋ ਫਿਰ ਮਹਾਰਾਜ ਨੇ ਸਪੈਸ਼ਲੀ ਇੱਕ ਸ਼ਬਦ ਹੀ ਸਾਨੂੰ ਬਾਣੀ ਹੀ ਅਸੀਂ ਦੇ ਦਿੱਤੀ ਵੀ ਚੱਕੋ, ਇਹਦਾ ਨਾਮ ਹੀ ਬ੍ਰਹਮ ਕਵਚ ਹੈ, ਤਾਂ ਕਿ ਸਾਨੂੰ ਕਲੀਅਰ ਹੀ ਹੋ ਜਾਵੇ। ਠੀਕ ਹੈ ਜੀ, ਜਿਹੜੀ ਦੁਨੀਆ ਸਾਨੂੰ ਨਹੀਂ ਦਿਖਦੀ ਉਹਦੇ ਤੋਂ ਪ੍ਰੋਟੈਕਸ਼ਨ ਕਿਵੇਂ ਹੋਵੇ? ਹੁਣ ਇਹ ਸ਼ਰਧਕ ਲੋਕਾਂ ਵਾਸਤੇ ਹੈ, ਜਿਹੜੀ ਸ਼ਰਧਾਵਾਨ ਸੰਗਤ ਹੈ ਉਹਨਾਂ ਨੂੰ ਗੱਲ ਸਮਝ 'ਚ ਆਏਗੀ। ਨਿਸ਼ਰਧਕ ਬੰਦਿਆਂ ਨੂੰ ਤਾਂ ਵਿਚਾਰਿਆਂ ਨੂੰ ਕੁਛ ਨਹੀਂ ਉਹਨਾਂ ਨੂੰ ਨਜ਼ਰ ਆਉਂਦਾ, ਉਹਦਾ ਕਾਰਨ ਕੀ ਹੈ? ਉਹ ਬੁੱਧੀ ਉਹਨਾਂ ਦੀ ਮੰਨਣੋਂ ਹਟ ਗਈ ਵੀ ਇਹ ਹੁੰਦਾ ਇਹ ਨਹੀਂ ਹੁੰਦਾ, ਉੱਥੇ ਖੜ ਗਈ ਉਹ। ਜਿਵੇਂ ਜਿਹੜਾ ਪਾਣੀ ਖੜ ਜੇ ਨਾ ਉਹ ਗੰਦਾ ਹੋ ਜਾਂਦਾ, ਮੁਸ਼ਕ ਆਉਣ ਲੱਗ ਜਾਂਦਾ, ਹੈ ਨਾ, ਸਰੋਵਰ 'ਚ ਜਿਹੜਾ ਗੰਦਾ ਹੋ ਜਾਂਦਾ ਉਹ 'ਚੋਂ ਮੁਸ਼ਕ ਆਉਂਦਾ। ਸਰਵਰ ਵੀ ਕਹਿ ਦਿੰਦੇ ਆ, ਤਲਾਬ ਵੀ ਕਹਿ ਦਿੰਦੇ, ਸਰੋਵਰ ਵੀ ਕਹਿ ਦਿੰਦੇ ਪੁਰਾਣੇ ਟਾਈਮਾਂ 'ਚ। ਅਤੇ ਉਹਦੇ ਜਿਵੇਂ ਤੇ ਸਰਵਰ ਜਿਹੜਾ ਭਾਈ ਲੈ ਨਿਵਾਸਾ ਸਰਵਰ ਜਿਹੜਾ ਮਹਾਰਾਜ ਨੇ ਗੁਰਬਾਣੀ 'ਚ ਵੀ ਵਰਤਿਆ, ਹੈ ਨਾ। ਅਤੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਮਨ ਹੈਗਾ ਉਹ ਖੜ ਜਾਂਦਾ ਉੱਥੇ, ਕਿ ਉਹ 'ਚੋਂ ਬਦਬੂ ਹੀ ਆਉਂਦੀ, ਭਾਵ ਉਹ ਕਹਿੰਦੇ ਨਹੀਂ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਤੁਸੀਂ ਸੂਖਮ ਦੇਖੋਗੇ ਨਾ, ਸੂਖਮ ਤੁਹਾਨੂੰ ਦਿਖਣ ਲੱਗ ਗਿਆ ਬੰਦਗੀ ਕਰਕੇ, ਸਿਮਰਨ ਕਰਕੇ, ਫਿਰ ਤੁਸੀਂ ਕਹੋਗੇ ਵੀ ਹਾਂ ਆਪਾਂ ਨੂੰ ਤਾਂ ਰੱਖਿਆ ਦੀ ਬਹੁਤ ਜ਼ਿਆਦਾ ਲੋੜ ਹੈ। ਹੁਣ ਸੂਖਮ ਆਪਾਂ ਨੂੰ ਦਿਖਦਾ ਨਹੀਂ, ਪਰ ਮਹਾਰਾਜ ਜੀ ਨੂੰ ਤਾਂ ਸਾਰਾ ਕੁਛ ਪਤਾ, ਕਿਉਂਕਿ ਮਹਾਰਾਜ ਜੀ ਨੇ ਇਹਨਾਂ ਦੀ ਰਚਨਾ ਕੀਤੀ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਕਿੱਡੇ ਵੱਡੇ ਨੇ, ਸ਼ਹੀਦੀ ਮਹਾਰਾਜ ਜੀ ਨੇ ਦਿੱਤੀ ਹੈ, ਸਭ ਤੋਂ ਪਹਿਲੀ ਸ਼ਹੀਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਹੋਈ ਹੈ। ਹੁਣ ਮਹਾਰਾਜ ਜੀ ਸੁਖਮਨੀ ਸਾਹਿਬ ਤਾਂ ਸਾਫ਼ ਸਾਫ਼ ਹੀ ਕਹਿ ਗਏ, ਕਈ ਕੋਟ ਭੂਤ ਪ੍ਰੇਤ ਸੁਕਰ ਮਰਗਾਚ। ਹੁਣ ਇਹਦਾ ਅਰਥ ਤੁਸੀਂ ਕੀ ਕਰੋਗੇ? ਜੇ ਹੈਗੇ ਨੇ ਇਹਦਾ ਮਤਲਬ ਇਹ ਵਿਚਰਦੇ ਨੇ। ਹੁਣ ਇਹਨਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਵਾਸ਼ਨਾ ਹੁੰਦੀ, ਭਾਵ ਅਲੱਗ ਅਲੱਗ ਤਰ੍ਹਾਂ ਨਾਲ ਇਹ ਰਹਿੰਦੇ ਨੇ,
ਪਰੇਸ਼ਾਨ ਕਰਦੇ, ਇਨਸਾਨੀਅਤ ਦੇ ਮਨੁੱਖਾਂ ਨੂੰ ਪਰੇਸ਼ਾਨ ਕਰਦੇ ਨੇ। ਇਹਨਾਂ ਤੋਂ ਬਚਾਅ ਕਿਵੇਂ ਕਰੋਗੇ? ਕੋਈ ਡਾਂਗ ਸੋਟਾ ਵੀ ਨਹੀਂ ਮਾਰ ਸਕਦੇ, ਕੋਈ ਫਾਇਰ ਨਹੀਂ ਮਾਰ ਸਕਦੇ ਇਹਨਾਂ ਦੇ, ਕਿਵੇਂ ਕਰੋ ਕਿਰਪਾਨ ਨਾਲ ਕਿਵੇਂ ਨਹੀਂ ਕੱਟ ਸਕਦੇ ਇਹਨਾਂ ਨੂੰ, ਕਿਉਂਕਿ ਦਿਖਦੇ ਨਹੀਂ ਹੈਗੇ। ਸੋ ਇਹਨਾਂ ਤੋਂ ਫਿਰ ਤੁਹਾਨੂੰ ਕਵਚ ਦੀ ਲੋੜ ਪੈਂਦੀ। ਗੁਪਤ ਸ਼ਕਤੀਆਂ ਸੂਖਮ ਰੂਪ 'ਚ ਰਹਿੰਦੀਆਂ ਉਹਦੇ ਨਾਲ। ਗੁਪਤ ਸ਼ਕਤੀਆਂ ਹਮੇਸ਼ਾ ਸਤਿਗੁਰੂ ਮਹਾਰਾਜ ਜੀ ਦੀਆਂ ਸ਼ਹੀਦੀ ਫੌਜਾਂ ਜਾਂ ਫਿਰ ਹੋਰ ਗੁਪਤ ਸ਼ਕਤੀਆਂ ਉਹ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਨਾਲ ਰਹਿੰਦੀਆਂ, ਠੀਕ ਹੈ। ਪਰ ਉਹ ਕਿਵੇਂ ਰਹਿਣਗੀਆਂ? ਹੁਣ ਜਦੋਂ ਤੁਸੀਂ ਕਿਸੇ ਬੰਦੇ ਨੂੰ ਯਾਦ ਹੀ ਨਹੀਂ ਕਰਨਾ, ਮੰਨ ਲਓ ਆਪਾਂ ਕਿਸੇ ਰਿਸ਼ਤੇਦਾਰ ਨੂੰ ਯਾਦ ਹੀ ਨਹੀਂ ਕਰਨਾ, ਉਹ ਕਹੂਗਾ ਤੂੰ ਤਾਂ ਯਾਦ ਨਹੀਂ ਕਰਦਾ, ਮੈਂ ਕੀ ਕਰਨਾ ਤੈਨੂੰ ਆ ਕੇ? ਤੁਸੀਂ ਤਾਂ ਸਾਨੂੰ ਕਦੇ ਬੁਲਾਉਂਦੇ ਨਹੀਂ, ਨਾ ਵਿਆਹ ਸ਼ਾਦੀ 'ਚ ਸੱਦਿਆ, ਨਾ ਕਦੇ ਊਂ ਕੋਈ ਦੱਸਿਆ ਕਿ ਅਸੀਂ ਕਿਉਂ ਆਈਏ, ਹੈ ਨਾ, ਬੰਦਾ ਨਾਰਾਜ਼ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਆਪਾਂ ਕਿਸੇ ਨੂੰ ਆਰਾਧਨਾ ਕੀਤੀ ਨਹੀਂ ਕਿਸੇ ਦੀ, ਕਿਸੇ ਨੂੰ ਸੱਦਿਆ ਹੀ ਨਹੀਂ, ਕਿਸੇ ਨੂੰ ਪੁਕਾਰ ਹੀ ਨਹੀਂ ਕੀਤੀ ਵੀ ਸਾਡੇ 'ਤੇ ਭੀੜ ਬਣ ਆਈ ਹੈ ਜੀ ਆਓ ਸਾਡੀ ਰੱਖਿਆ ਕਰੋ, ਕੋਈ ਆਉਂਦਾ ਵੀ ਨਹੀਂ ਹੈ। ਪਰ ਜਦੋਂ ਤੁਸੀਂ ਆਰਾਧਨਾ ਕਰਦੇ ਹੋ ਫਿਰ ਉਹ ਸ਼ਕਤੀ ਆਕਾਸ਼ 'ਚ ਉੱਤਰ ਕੇ ਆਉਂਦੀ ਹੈ ਥੱਲੇ, ਉਹ ਪ੍ਰਕਾਸ਼ ਦੇ ਮੰਡਲ ਨੇ ਅੱਗੇ, ਸ਼ਕਤੀ ਦੇ ਮੰਡਲ ਨੇ ਅੱਗੇ ਉੱਪਰ ਜਾ ਕੇ ਬਹੁਤ। ਪੁਰੀਆਂ ਨੇ, ਪੁਰੀਆਂ ਪਹਿਲਾਂ ਖਾਲੀ ਮੰਡਲ ਹੈ, ਫਿਰ ਪੁਰੀਆਂ ਨੇ, ਠੀਕ ਹੈ, ਫਿਰ ਹੋਰ ਭਗਵਾਨ ਬੁੱਧ ਦਾ ਵੀ ਮੰਡਲ ਹੈ, ਈਸਾ ਜੀ ਦਾ ਮੰਡਲ ਹੈ, ਹਜ਼ਰਤ ਸਾਹਿਬ ਮੁਹੰਮਦ ਸਾਹਿਬ ਜੀ ਦਾ ਮੰਡਲ ਹੈ ਇੱਕ, ਅਤੇ ਹੋਰ ਵੀ ਕਈ ਮੰਡਲ ਨੇ ਜਿਹੜੇ ਸਾਇੰਸਦਾਨ ਆਉਂਦੇ ਨੇ ਇਹਨਾਂ ਦਾ ਵੀ ਮੰਡਲ ਹੈ, ਅਲੱਗ ਅਲੱਗ ਤਰ੍ਹਾਂ ਦੇ ਮੰਡਲ ਉੱਤੇ ਹੈਗੇ ਨੇ, ਹੋਰ ਵੀ ਬਹੁਤ ਨੇ ਜਿੰਨਾ ਹੈ ਨਾ ਆਪਾਂ ਦੱਸ ਸਕਦੇ ਦੱਸਤਾ ਤੁਹਾਨੂੰ। ਅਤੇ ਇਸ ਤਰ੍ਹਾਂ ਸ਼ਸਤਰਾਂ ਦਾ ਵੀ ਮੰਡਲ ਹੈ, ਸ਼ਸਤਰ ਹੀ ਸ਼ਸਤਰ ਨੇ ਮਹਾਂਭਾਰਤ ਦੇ ਚੱਲੇ ਹੋਏ ਸਾਰੇ ਸ਼ਸਤਰ ਉੱਥੇ ਨੇ, ਅਤੇ ਹੋਰ ਵੀ ਬਹੁਤ ਕੁਛ ਹੈ। ਮੰਤਰਾਂ ਦਾ ਵੀ ਮੰਡਲ ਹੈ, ਉੱਥੇ ਗੁਪਤ ਮੰਤਰ ਹੀ ਘੁੰਮ ਰਹੇ ਸਾਰੇ, ਐਸੇ ਐਸੇ ਮੰਤਰ ਉੱਥੇ ਪਏ ਨੇ, ਇੱਕ ਐਸੇ ਵੀ ਮੰਤਰ ਪਏ ਨੇ ਜਿਹੜਾ ਲਵ ਕੁਸ਼ ਨੇ ਜਦੋਂ ਜਪਿਆ ਸੀ ਨਾ ਉਹ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਸੈਨਾ ਅਨੁਸਾਰੀ ਨੂੰ ਮਾਰਤਾ ਸੀ, ਹਨੂੰਮਾਨ ਜੀ ਨੂੰ ਵੀ ਬੰਨਤਾ ਸੀ ਉਹਨਾਂ ਨੇ, ਫਿਰ ਭਗਵਾਨ ਰਾਮ ਚੰਦਰ ਜੀ ਅਵਤਾਰ ਸੀ, ਚਲੋ ਉਹਨਾਂ ਨੇ ਕਾਬੂ ਕਰ ਲਏ ਸੀ ਲਵ 'ਤੇ ਕੁਛ ਦੋਨੇ ਜਾਣੇ, ਕਿਉਂਕਿ ਉਸ ਵੇਲੇ ਦੇ ਅਵਤਾਰ ਸੀ, ਅਵਤਾਰ ਕੋਲ ਤਾਕਤ ਹੁੰਦੀ ਉਸ ਟਾਈਮ ਦੀ, ਸਾਰੀ ਤਾਕਤ ਹੁੰਦੀ ਹੈ। ਹੁਣ ਗੱਲ ਕਰੀਏ ਬ੍ਰਹਮ ਕਵਚ ਦੀ, ਠੀਕ ਹੈ ਜੀ। ਬ੍ਰਹਮ ਕਵਚ ਦੀ ਜਦੋਂ ਆਰਾਧਨਾ ਕਰੋਗੇ ਨਾ ਤੁਹਾਡੇ ਆਲੇ ਦੁਆਲੇ ਪ੍ਰਕਾਸ਼ ਦੀ ਕਾਰ ਬਣ ਜਾਣੀ ਹੈ, ਉਹ ਇਕੱਲੀ ਐਂ ਗੋਲ ਨਹੀਂ ਬਣਨੀ, ਤੁਹਾਡੇ ਉੱਪਰੋਂ ਵੀ ਬਣੂਗੀ, ਸਾਈਡਾਂ ਤੋਂ ਹਰ ਪਾਸੋਂ ਇੱਕ ਚੱਕਰ ਬਣ ਜਾਣਾ। ਜਿਹਦੀ ਜਿੰਨੀ ਵੱਧ ਮਰਜ਼ੀ ਆਰਾਧਨਾ ਕਰ ਲਓ, ਮੈਂ ਪਾਠ ਵੀਡੀਓ ਦੇ ਐਂਡ ਦੇ ਵਿੱਚ ਨਾ ਸ਼ੁੱਧ ਪਾਠ ਪਾ ਦਾਂਗੇ, ਕਈਆਂ ਨੂੰ ਭੁਲੇਖਾ ਦੋ ਤਰ੍ਹਾਂ ਦਾ ਪਾਠ, ਪਰ ਦੋਨੇ ਪਾਠ ਠੀਕ ਨੇ, ਉਹ ਜਿਹੜਾ ਵੀ ਤੁਸੀਂ ਕਰ ਸਕਦੇ ਹੋ। ਇਹ ਪਾਠ ਪੁਰਾਤਨ ਗੁਰਸਿੱਖਾਂ ਦੇ ਚੱਕਰਾਂ 'ਤੇ ਲਿਖਿਆ ਮਿਲਜੂ ਤੁਹਾਨੂੰ, ਪੁਰਾਤਨ ਜਿਹੜੇ ਪੁਰਾਤਨ ਸ਼ਸਤਰ ਹੋਏ ਨੇ ਨਾ ਸਿੰਘਾਂ ਦੇ, ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਨੇ ਉੱਥੇ ਪਏ ਨੇ, ਉੱਥੇ ਉਹਦੇ 'ਤੇ ਲਿਖਿਆ ਵੀ ਹੋਇਆ ਬ੍ਰਹਮ ਕਵਚ ਦਾ ਪਾਠ, ਉਹਨਾਂ ਦੇ ਕੜਿਆਂ 'ਤੇ ਲਿਖਿਆ ਮਿਲਜੂ ਤੁਹਾਨੂੰ, ਉਹਨਾਂ ਦੇ ਚੱਕਰਾਂ 'ਤੇ ਲਿਖਿਆ ਮਿਲਜੂਗਾ, ਫਿਰ ਬ੍ਰਹਮ ਕਵਚ ਦੀਆਂ ਪੰਕਤੀਆਂ ਤੁਹਾਨੂੰ ਉਹਦੇ 'ਤੇ ਸ਼੍ਰੀ ਸਾਹਿਬਾਂ 'ਤੇ ਉਹਨਾਂ 'ਤੇ ਲਿਖੀਆਂ ਮਿਲ ਜਾਣਗੀਆਂ। ਇਹਦਾ ਮਤਲਬ ਇਹ ਉਸ ਵੇਲੇ ਤੋਂ ਚੱਲਦਾ ਆ ਰਿਹਾ ਪਾਠ। ਫਿਰ ਸਭ ਤੋਂ ਦੂਜੀ ਗੱਲ, ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਬਹੁਤ ਪਵਿੱਤਰ ਰੂਹ, ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸਾਰਾ ਸੰਸਾਰ ਜਾਣਦਾ ਹੈ ਉਹਨਾਂ ਨੂੰ। ਮੈਂ ਉਹਨਾਂ ਨੂੰ ਪਰਸਨਲੀ ਪੁੱਛਿਆ ਸੀ, ਮੈਨੂੰ ਕਹਿੰਦੇ ਕੀ ਜਪਦਾ ਹੁੰਦਾ, ਮੈਂ ਕਿਹਾ ਬਾਬਾ ਜੀ ਥੋੜ੍ਹਾ ਜਿਹਾ ਤੁਹਾਡੀ ਕਿਰਪਾ ਨਾਲ ਕਰ ਲਈਦਾ, ਕਹਿੰਦੇ ਸੁਣਾ। ਫਿਰ ਸੁਣਾਇਆ, ਕਹਿੰਦੇ ਹਾਂ ਇਹ ਹੈਗਾ, ਠੀਕ ਹੈ ਇਹ। ਉਹਨਾਂ ਨੇ ਮੋਹਰ ਲਾਤੀ ਸੀ, ਫਿਰ ਮੈਨੂੰ ਸ਼ੰਕਾ ਖਤਮ, ਸ਼ੰਕਾ ਹੈ ਵੀ ਹੈ ਨਹੀਂ ਸੀ ਪਰ ਖਤਮ ਹੋ ਗਿਆ। ਫਿਰ ਮੇਰੇ ਨਾਲ ਆਪਣੇ ਨਾਲ ਵੀ ਇੱਕ ਤਜਰਬਾ ਹੋਇਆ ਸੀ, ਜਦੋਂ ਮੈਂ ਇਸ ਦੀ ਵੱਡੀ ਕਿਰਪਾ ਨੂੰ ਦੇਖਿਆ, ਮੇਰੇ ਉੱਤੇ ਵੀ ਕਈ ਚੀਜ਼ਾਂ ਮਹਾਰਾਜ ਦੇ ਹੁਕਮਾਂ ਅਨੁਸਾਰ ਚਲੋ ਹੁੰਦਾ ਹੈ ਨਾ, ਕਿਸੇ ਨੇ ਵਰਤੋਂ ਕੀਤੀ, ਪਰ ਤੁਹਾਡੀ ਸੰਗਤ ਦੀ ਕਿਰਪਾ ਨਾਲ, ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਬਹੁਤ ਬਚਾਅ ਹੋਇਆ, ਨਹੀਂ ਤਾਂ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਸੀ। ਅਤੇ ਅਸਲ 'ਚ ਜਿਹੜਾ ਹੁੰਦਾ ਹੈ ਨਾ, ਕੋਈ ਤੰਤਰ ਵਿੱਦਿਆ ਆਪਣੇ 'ਤੇ ਅਸਰ ਕਰਦੀ, ਉਹ ਸਾਡੇ ਕਰਮਾਂ ਕਰਕੇ ਕਰਦੀ ਹੈ। ਅਸੀਂ ਮਾੜੇ ਕਰਮ ਕੀਤੇ ਹੁੰਦੇ ਨੇ ਨਾ, ਫਿਰ ਹੀ ਸਾਡੇ 'ਤੇ ਅਸਰ ਕਰਦੀ, ਨਹੀਂ ਕਰਦੀ ਨਹੀਂ ਹੈ ਇਹ, ਅਸੀਂ ਲੈਣਾ ਦੇਣਾ ਹੁੰਦਾ ਹੈ ਸੂਖਮ ਰੂਪ 'ਚ, ਫਿਰ ਪਰਮਾਤਮਾ ਇਸ ਤਰ੍ਹਾਂ ਹੀ ਖੇਡ ਨਿਪਟਾਉਂਦੇ ਨੇ। ਸੋ ਇਹ ਬ੍ਰਹਮ ਕਵਚ ਕਰੋ, ਕੇਸੀ ਇਸ਼ਨਾਨ ਕਰਕੇ, ਸੁੱਚੇ ਵਸਤਰ ਪਾ ਕੇ, ਆਸਣ ਲਾ ਕੇ, ਚੜ੍ਹਦੇ ਵੱਲ ਨੂੰ ਧਿਆਨ ਕਰਕੇ,
32 ਪਾਠ ਵੈਸੇ ਦੱਸਿਆ ਜਾਂਦਾ ਤੁਸੀਂ ਜ਼ਿਆਦਾ ਕਰਿਆ ਕਰੋ। 32 ਪਾਠ ਤੋਂ ਕੁਛ ਵੀ ਨਹੀਂ ਹੁੰਦਾ, ਮਤਲਬ ਹੁੰਦਾ ਤਾਂ ਬਹੁਤ ਕੁਛ ਹੋ ਤਾਂ ਇੱਕ ਨਾਲ, ਕਹਿਣ ਦਾ ਮਤਲਬ ਗੱਲ ਸਾਡਾ ਤਾਂ ਸਾਨੂੰ ਤਾਂ ਇੰਨੇ ਕੁ ਨਾਲ ਨਹੀਂ ਮਨ ਨਹੀਂ ਮੰਨਦਾ, ਸਾਡਾ ਅਸੀਂ ਤਾਂ ਕਹਿੰਦੇ ਵੀ ਹੋਵੇ ਬਹੁਤ ਕਾ 250 ਪਾਠ ਕੀਤਾ ਜਾਵੇ ਫਿਰ ਆਨੰਦ ਬਣਦਾ ਹੈ, ਫਿਰ ਜਾ ਕੇ ਹਾਂ। ਫਿਰ ਸ਼ਹੀਦਾਂ ਦੇ ਦਰਸ਼ਨ ਵੀ, ਜਿਹੜੇ ਸ਼ਹੀਦਾਂ ਦੇ ਦਰਸ਼ਨਾਂ ਦੀ ਇੱਛਾ ਬਣ ਉਹ ਮਰਿਆਦਾ ਨਾਲ ਕਰੋ, ਦੇਗ ਬਣਾਓ ਡੇਲੀ ਬਣਾ ਲਓ ਦੇਗ, ਥੋੜ੍ਹੀ ਜਿਹੀ ਦੇਗ ਬਣਾ ਲਿਆ ਕਰੋ, ਕੁਛ ਨਹੀਂ ਹੁੰਦਾ ਹੈ ਨਾ। ਜੋਤ ਲਾਓ, ਕੇਸੀ ਇਸ਼ਨਾਨ ਕਰਕੇ ਇਹਨੂੰ ਕਰੋ, ਡੇਲੀ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦਾ ਪਾਠ ਕਰੋ, 32 ਕਰ ਲਓ, 64 ਕਰ ਲਓ, 108 ਕਰ ਲਓ, ਹੋਰ ਵੱਧ ਕਰ ਲਓ, ਜਿੰਨੇ ਮਰਜ਼ੀ ਕਰ ਲਓ, ਲਗਾਤਾਰ 2-2.5 ਘੰਟੇ ਕਰ ਲਓ। ਬੜੀ ਕਿਰਪਾ ਹੋਵੇਗੀ, ਤੁਹਾਡੀ ਸੁਰਤ ਉੱਪਰਲੇ ਮੰਡਲ ਨੂੰ ਜਾਣ ਲੱਗ ਜਾਏਗੀ, ਤੁਹਾਡੀ ਰੱਖਿਆ ਹੋਏਗੀ, ਸਾਰੇ ਕੰਮ ਸਵਰਨ ਲੱਗ ਜਾਣਗੇ। ਬ੍ਰਹਮ ਕਵਚ ਬਹੁਤ ਜ਼ਿਆਦਾ ਤਾਕਤਵਰ ਹੈ, ਮਤਲਬ ਮੈਂ ਤਾਂ ਇਹਦੀ ਤਾਕਤ ਦੇਖੀ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ। ਇਹ ਕੋਈ ਇਹ ਨਹੀਂ ਹੈ ਵੀ ਵੈਸੇ ਹੀ ਆਪਾਂ ਤੁਹਾਨੂੰ, ਚਲੋ ਮੇਰੇ 'ਚ ਮਤਲਬ ਇਹ ਨਹੀਂ ਹੈ ਵੀ ਨੇਤੀ ਮੈਨੂੰ ਕੋਈ ਚਾਅ ਚੜ੍ਹ ਜਾਂਦਾ, ਚਲੋ ਆਪਾਂ ਜਾ ਦੱਸੀਏ ਸੰਗਤ ਨੂੰ, ਨਹੀਂ ਨਹੀਂ, ਖਜ਼ਾਨਾ ਹੈ ਹੀ ਏਡਾ ਵੱਡਾ, ਹੁਣ ਕਰੀਏ ਕੀ। ਮਹਾਰਾਜ ਜੀ ਦਾ ਖਜ਼ਾਨਾ ਏਡਾ ਵੱਡਾ ਹੈ ਦਸੇ ਪਾਤਸ਼ਾਹੀਆਂ ਦਾ ਕਿ ਆਪਾਂ ਕਈ ਯੁੱਗ ਵੀ ਇਸ ਨੂੰ ਖੋਲਦੇ ਜਾਈਏ ਨਾ, ਸਾਡੇ ਕੋਲ ਤਾਂ ਇੰਨਾ ਕੁਛ ਪਿਆ ਜੇ ਤੁਹਾਨੂੰ ਦੱਸਣ ਲੱਗ ਜਾਈਏ ਨਾ। ਤੁਸੀਂ ਕਰਨ ਵਾਲੇ ਬਣੋ, ਤੁਸੀਂ ਕਰਨ ਵਾਲੇ ਬਣੋ, ਅਸੀਂ ਤਾਂ ਖੋਲ ਖੋਲ ਕੇ ਦੱਸੀ ਜਾਣਾ, ਕਰੋ ਜਿੰਨਾ ਵੱਧ ਤੋਂ ਵੱਧ ਲਾਹਾ ਲੈ ਸਕਦੇ ਹੋ ਲੈ ਲਓ, ਠੀਕ ਹੈ ਨਾ। ਬਹੁਤ ਬੇਅੰਤ ਖਜ਼ਾਨਾ ਪਿਆ, ਹਾਲੇ ਤਾਂ ਆਪਾਂ ਦੱਸਿਆ ਹੀ ਕੁਛ ਨਹੀਂ ਹੈਗਾ, ਸੋ ਇਹਨੂੰ ਕਰੋ, ਇਹਦਾ ਬਹੁਤ ਜ਼ਿਆਦਾ ਮਹੱਤਵ ਹੈ। ਜਿਨ੍ਹਾਂ ਨੇ ਕੇਸ ਕੱਟੇ ਹੋਏ ਨੇ ਕਰ ਉਹ ਵੀ ਸਕਦੇ ਨੇ, ਪਰ ਪ੍ਰਣ ਕਰੋ ਵੀ ਅਸੀਂ ਕੇਸ ਨਹੀਂ ਕੱਟਾਂਗੇ, ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰੋ। ਵੈਸੇ ਜਿਹੜਾ ਬੰਦਾ ਬ੍ਰਹਮ ਕਵਚ ਕਰਨ ਲੱਗ ਜਾਂਦਾ ਨਾ, ਉਹ ਅੰਮ੍ਰਿਤ ਛਕ ਲੈਂਦਾ, ਮੈਂ ਦੇਖਿਆ ਆਮ ਜਿਹੜਾ ਬੰਦਾ ਬ੍ਰਹਮ ਕਵਚ ਕਰਨ ਲੱਗ ਗਿਆ ਉਹ ਅੰਮ੍ਰਿਤ ਛਕ ਲੈਂਦਾ, ਕੁਛ ਕੁ ਸਮੇਂ ਬਾਅਦ ਉਹਨੂੰ ਸ਼ਹੀਦਾਂ ਦੀ ਕਿਰਪਾ ਹੋ ਜਾਂਦੀ ਹੈ, ਉਹ ਆਪੇ ਹੀ ਕਹਿਣ ਲੱਗ ਜਾਂਦਾ ਵੀ ਮੈਂ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਮਾੜਾ ਕੰਮ ਆਹ ਨਹੀਂ ਕਰਨਾ, ਮੈਂ ਤਾਂ ਹੁਣ ਅੰਮ੍ਰਿਤ ਛਕਣਾ, ਉਹ ਛਕ ਲੈਂਦੇ ਨੇ। ਐਸੀ ਇਹਦੀ ਖੇਡ ਹੈ, ਹਰ ਵੇਲੇ ਤੁਹਾਨੂੰ ਚਾਅ ਚੜ੍ਹਿਆ ਰਹੇਗਾ, ਆਨੰਦ ਬਣਿਆ ਰਹੇਗਾ, ਤੁਹਾਡੀ ਰੱਖਿਆ ਹੋਊਗੀ, ਬਾਹਰ ਅੰਦਰ ਤੁਹਾਨੂੰ ਕਿਸੇ ਤੋਂ ਕੋਈ ਮਤਲਬ ਜਿਹੜੀ ਕਹਿੰਦੇ ਸਹਾਇਤਾ ਲੈਣ ਦੀ ਲੋੜ ਨਹੀਂ ਪਏਗੀ, ਆਪੇ ਹੀ ਤੁਹਾਡੇ ਕਾਰੋਬਾਰ ਸਭ ਬੰਦਗੀ ਸਭ ਚੱਲ ਪਏਗਾ, ਇਹਨੂੰ ਕਰਿਆ। ਬ੍ਰਹਮ ਕਵਚ ਬਾਰੇ ਬੜੀ ਸੰਗਤ ਪੁੱਛਦੀ ਹੈ ਵੀ ਬ੍ਰਹਮ ਕਵਚ ਦਾ ਦੱਸੋ। ਗੁਰੂ ਪਿਆਰੇ ਉਹ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਹੋਏ, ਖਾਲਸਾ ਭਿੰਡਰਾਂ ਵਾਲੇ ਹੋਏ ਨੇ ਮਹਾਂਪੁਰਖ ਬ੍ਰਹਮ ਗਿਆਨੀ, 2000 ਉਹਨਾਂ ਨੇ 22 'ਚ ਮੈਨੂੰ ਲੱਗਦਾ 21 'ਚ ਸ਼ਰੀਰ ਛੱਡਿਆ। ਹਾਂਜੀ, ਅਤੇ ਮੈਂ ਪਰਸਨਲੀ ਉਹਨਾਂ ਨੂੰ ਪੁੱਛਿਆ ਸੀ, ਦਾਸ ਉੱਥੇ ਦਰਸ਼ਨ ਮੇਲੇ ਕਰਨ ਜਾਂਦਾ ਹੁੰਦਾ ਸੀ, ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਬਾਬਾ ਜੀ ਵੀ ਬ੍ਰਹਮ ਕਵਚ ਇਸ ਤਰ੍ਹਾਂ ਕਰਕੇ ਹੈ, ਮੈਨੂੰ ਕਹਿੰਦੇ ਸੁਣਾ। ਆਹ ਮੰਜੇ 'ਤੇ ਮੰਜਾ ਹੁੰਦਾ ਸਾਹਮਣੇ, ਉੱਥੇ ਸੰਗਤ ਬੈਠ ਜਾਂਦੀ ਹੁੰਦੀ ਸੀ, ਉੱਥੇ ਜਿਹੜੀ ਜਾਂਦੀ ਸੀ ਉਹਨਾਂ ਨੂੰ ਮਿਲਣ ਵਾਸਤੇ, ਅਤੇ ਦਾਸ ਬੈਠਾ ਅਤੇ ਮੈਨੂੰ ਕਹਿੰਦੇ ਸੁਣਾ। ਮੈਂ ਸਾਰਾ ਸੁਣਾਇਆ ਬ੍ਰਹਮ ਕਵਚ, ਸਾਰਾ ਸੁਣਾਇਆ, ਕਹਿੰਦੇ ਠੀਕ ਹੈ ਸ਼ੁੱਧ ਹੈ, ਬਿਲਕੁਲ ਠੀਕ ਹੈ, ਕਹਿੰਦੇ ਕਰੋ ਇਹਨੂੰ, ਮੈਂ ਕਹਿੰਦਾ ਬ੍ਰਹਮ ਕਵਚ 'ਚ ਆਪਣਾ ਇਹਨੂੰ ਕਰੋ, ਬਹੁਤ ਪਾਵਰ ਹੈ ਮੇਰਾ। ਮੈਂ ਚਲੋ ਵੈਸੇ ਮੈਂ ਦੱਸਦਾ ਨਹੀਂ, ਚਲੋ ਅੱਜ ਤੁਹਾਨੂੰ ਛੋਟਾ ਜਿਹਾ ਪ੍ਰੈਕਟੀਕਲ ਦੱਸਦਾ। ਸੰਨ 2011-12 ਦੇ ਵਿੱਚ ਨਾ, 12 ਦੇ ਵਿੱਚ, ਅਤੇ ਮੈਂ ਮਹਾਂਪੁਰਖਾਂ ਕੋਲ ਰਹਿੰਦਾ ਹੁੰਦਾ ਸੀ, ਉੱਥੇ ਸਾਨੂੰ ਕਮਰਾ ਦਿੱਤਾ ਹੁੰਦਾ ਸੀ ਉੱਪਰ ਉਹਨਾਂ ਨੇ ਭਜਨਬੰਦਗੀ ਕਰਨ ਵਾਸਤੇ। ਉੱਥੇ ਨਾ ਮੈਨੂੰ ਪਤਾ ਲੱਗਿਆ ਵੀ ਬ੍ਰਹਮ ਕਵਚ ਕੋਈ ਬਾਣੀ ਹੈ, ਅਤੇ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਵੀ ਬ੍ਰਹਮ ਕਵਚ, ਬ੍ਰਹਮ ਦਾ ਕਵਚ ਹੈ ਨਾ। ਪਰ ਮੈਨੂੰ ਨਹੀਂ ਸੀ ਪਤਾ ਵੀ ਬ੍ਰਹਮ ਕੀ ਹੁੰਦਾ, ਬ੍ਰਹਮ ਦਾ ਕਵਚ ਕੀ ਹੁੰਦਾ। ਅੰਮ੍ਰਿਤ ਛਕਿਆ ਹੋਇਆ ਸੀ, ਚਲੋ ਮੈਂ ਕਿਹਾ ਆਪਾਂ ਪੜ੍ਹ ਲੈਂਦੇ ਹਾਂ ਵੀ ਦੇਖਦੇ ਕੋਈ ਕਵਚ ਕੀ ਹੁੰਦਾ ਕੀ ਹੈ। ਮੈਨੂੰ ਨਹੀਂ ਸੀ ਪਤਾ ਵੀ ਇਹ 32 ਵਾਰੀ ਪੜ੍ਹਨਾ, ਮੈਂ ਤਾਂ 5 ਵਾਰੀ ਪੜ੍ਹਿਆ, ਅਤੇ ਆਪਾਂ ਸਾਰੇ 32 ਵਾਰੀ ਪੜ੍ਹਿਓ, ਮੈਂ ਵੈਸੇ ਆਪਣਾ ਤਜਰਬਾ ਦੱਸ ਰਿਹਾ। ਮੈਂ 5 ਵਾਰੀ ਪੜ੍ਹਿਆ, 5 ਵਾਰੀ ਪੜ੍ਹ ਕੇ ਮੈਂ 9:30 ਵਜੇ ਅਸੀਂ ਪੈ ਗਏ, 10 ਪੈ ਗਿਆ, ਅਤੇ ਮੈਂ ਕਿਹਾ ਪਤਾ ਨਹੀਂ ਕਿਹੜਾ ਕਵਚ ਹੁੰਦਾ ਕੀ ਹੁੰਦਾ। ਦੇਖੋ ਗੁਰੂ ਸਾਹਿਬ ਨੇ ਜਦੋਂ ਤੁਹਾਨੂੰ ਕੁਛ ਦਿਖਾਉਣਾ ਹੋਵੇ ਤਾਂ ਮਾਰੇ ਕਿਵੇਂ ਦਿਖਾਉਂਦੇ। 11 ਵਜੇ ਆਟੋਮੈਟਿਕਲੀ ਮੇਰੀ ਜਾਗ ਖੁੱਲਦੀ ਹੈ, ਅਤੇ ਜਾਗ ਜਦੋਂ ਖੁੱਲਦੀ ਮੈਂ ਪਤਾ ਦਾਸ ਨੇ ਪਤਾ ਕੀ ਦੇਖਿਆ ਮੇਰੇ ਉੱਪਰ ਨਾ, ਐਂ ਛਤਰੀ ਵਾਂਗੂ ਚਿੱਟੇ ਰੰਗ ਦਾ ਪ੍ਰਕਾਸ਼ ਹੈ, ਅਤੇ ਉਹਨੇ ਮੈਨੂੰ ਘੇਰਿਆ ਹੋਇਆ, ਅਤੇ ਮੈਨੂੰ ਐਂ ਫੀਲ ਹੋ ਰਿਹਾ ਵੀ ਮੈਂ ਜਿਵੇਂ ਮਾਂ ਦੇ ਨਿੱਘ ਦੇ ਵਿੱਚ ਪਿਆ ਹੈ, ਅਤੇ ਬਿਲਕੁਲ ਉੱਪਰ ਆਏ ਮੇਰੇ ਜਿੰਨੀ ਮੇਰੀ ਬੋਡੀ ਸੀਗੀ ਉਹਦੇ ਉੱਪਰ ਨਾ ਵੱਡਾ ਸਾਰਾ, ਇਸ ਤਰ੍ਹਾਂ ਜਿਵੇਂ ਵੱਡੀ ਛਤਰੀ ਲਾ ਲਓ ਕੋਈ, ਇਸ ਤਰ੍ਹਾਂ ਸੀ। ਸੋ ਐਂ ਬ੍ਰਹਮ ਕਵਚ
ਜਿਹੜਾ ਹੈਗਾ ਉਹ ਕਰਦਾ ਹੈ ਕੰਮ, ਉਹ 100% ਬੇਨਤੀ ਕਰਾਂਗੇ, ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।